ਸਾਡਾ ਆਪਟੀਕਲ ਇੰਡਸਟਰੀ ਬਾਰੇ ਫੇਅਰ ਹੁੰਦਾ ਹੈ, ਬੀ ਟੂ ਬੀ ਫੇਅਰ ਹੁੰਦਾ, ਜਨਰਲ ਪਬਲਿਕ ਵਾਸਤੇ ਨਹੀਂ ਹੁੰਦਾ। ਬਿਜ਼ਨਸ ਟੂ ਬਿਜ਼ਨਸ ਮੀਟਿੰਗਸ ਹੁੰਦੀਆਂ, ਇਹਦੇ ਵਿੱਚ ਜਿਹੜੇ ਅਪਗ੍ਰੇਡੇਸ਼ਨ ਹੈ ਹਜੇ ਤੱਕ ਦੀ ਇੰਡਸਟਰੀ ਦੀ ਆਫਟਰ ਕੋਵਿਡ, ਉਹ ਸਾਰੀਆਂ ਇਹਦੇ ਵਿੱਚ ਡਿਸਪਲੇਡ ਹੁੰਦੀਆਂ। ਔਰ ਉਸ ਤੋਂ ਬਾਅਦ ਸਪੋਜ਼ੀਅਮ ਚੱਲਦੇ ਆ ਨਾਲ, ਜਿਹਦੇ ਨਾਲ ਟ੍ਰੇਨਿੰਗ ਬੱਚਿਆਂ ਨੂੰ ਦਿੱਤੀ ਜਾਂਦੀ ਹੈ, ਜਾਂ ਸਾਡੇ ਜਿਹੜੇ ਬ੍ਰਦਰਸ ਹੈਗੇ ਆ, ਆਪਰੇਸ਼ਨ ਬ੍ਰਦਰਸ ਹੈਗੇ ਆ, ਉਹਨਾਂ ਦੀ ਅਪਗ੍ਰੇਡੇਸ਼ਨ ਪ੍ਰੋਗਰਾਮ ਚੱਲਦੇ ਆ, ਜਿਹਦੇ ਨਾਲ ਉਹ ਪਤਾ ਲੱਗਦਾ ਵੀ ਇੰਡਸਟਰੀ ਕਿਸ ਤਰ੍ਹਾਂ ਆਪਣੀ ਗਰੋ ਕਰ ਰਹੀ ਹੈ ਔਰ ਨਵੀਆਂ ਨਵੀਆਂ ਕੀ ਕੀ ਪ੍ਰੋਬਲਮ ਆ ਰਹੀਆਂ। ਜਿੱਦਾਂ ਹੁਣ ਮਾਇਓਪੀਆ ਦੀ ਪ੍ਰੋਬਲਮ ਅੱਜ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਹੀ ਹੈ, ਉਹਦੇ ਵਾਸਤੇ ਅਸੀਂ ਆਪਣਾ ਆਪਰੇਸ਼ਨ ਬ੍ਰਦਰਸ ਵਾਸਤੇ ਪ੍ਰੋਗਰਾਮ ਰੱਖਿਆ ਹੋਇਆ ਸਪੋਜ਼ੀਅਮ ਦਾ। ਠੀਕ ਹੈ ਨਾ, ਉਹਨਾਂ ਨੂੰ ਇਹ ਟੋਟਲ ਇਹਦੇ ਵਿੱਚ ਕੰਪਨੀਆਂ ਤਾਂ ਹੈਗੀਆਂ ਕਰੀਬ 70 ਦੇ ਕਰੀਬ, ਔਰ ਮਤਲਬ ਕਿ ਬ੍ਰਾਂਡ ਇਹਦੇ 'ਚ ਸੈਂਕੜੇ ਹੀ ਹੈਗੇ ਆ, ਸੈਕੜੇ ਬ੍ਰਾਂਡ ਵਿੱਚ ਹੈਗੇ, ਇੰਡੀਅਨ ਵੀ ਹੈਗੇ ਆ, ਸਾਰੇ ਇੰਟਰਨੈਸ਼ਨਲ ਬ੍ਰਾਂਡ ਵੀ ਹੈਗੇ ਆ। ਇੱਕ ਤਾਂ ਇੰਡਸਟਰੀ ਨੂੰ ਦੋ ਤਿੰਨ ਪਾਸਿਓਂ ਜਾਗਰੂਕ ਕਰਦਾ ਹੁੰਦਾ, ਇੱਕ ਤਾਂ ਅੱਖਾਂ ਦੀ ਸੰਭਾਲ ਵਾਸਤੇ, ਦੂਸਰਾ ਫੈਸ਼ਨ ਵੇਅਰ ਵਾਸਤੇ। ਇਹ ਕੰਬੀਨੇਸ਼ਨ ਅਸੀਂ ਤਿਆਰ ਕਰਦੇ ਹਾਂ ਕਿ ਜਿਹੜਾ ਪਰਸਨ ਐਨਕ ਲਗਾਉਂਦਾ ਉਹਨੂੰ ਅਪਗ੍ਰੇਡੇਸ਼ਨ ਮਿਲੇ ਫੈਸ਼ਨ ਵੱਲੋਂ ਵੀ, ਉਹਨੂੰ ਅਪਗ੍ਰੇਡੇਸ਼ਨ ਮਿਲੇ ਅੱਖਾਂ ਦੀ ਸਿਕਿਉਰਿਟੀ ਤੋਂ ਵੀ। ਇਹ ਮੇਨ ਦੋ ਚੀਜ਼ਾਂ ਦੇ ਐਂਗਲ ਨੂੰ ਦੇਖ ਕੇ ਅਸੀਂ ਇਹ ਪ੍ਰੋਗਰਾਮ ਬਣਾਉਂਦੇ ਹਾਂ। ਮੇਰਾ ਨਾਮ ਦਵਿੰਦਰ ਸਿੰਘ ਕਾਲੜ ਹੈ, ਮੈਂ ਆਪਟੀਕਲ ਐਸੋਸੀਏਸ਼ਨ ਰਜਿਸਟਰਡ ਪੰਜਾਬ ਦਾ ਪ੍ਰਧਾਨ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਅਦਾਰਾ ਪੰਜਾਬ ਕੇਸਰੀ ਔਰ ਜਗਬਾਣੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਅੱਜ ਉਹਨਾਂ ਨੇ ਸਾਡਾ ਬਹੁਤ ਹੀ ਮਹੱਤਵਪੂਰਨ ਈਵੈਂਟ ਜਿਹੜਾ ਕਿ ਆਪਟਿਕ ਫੇਅਰ 2022 ਉਹਨੂੰ ਕਵਰ ਕਰਨ ਵਾਸਤੇ ਤੁਹਾਡੀ ਟੀਮ ਆਈ ਹੈ। ਇਹ ਜਿਹੜਾ ਆਪਟਿਕ ਫੇਅਰ ਹੈ, ਇਹ ਬੇਸਿਕਲੀ ਸਾਡੇ ਜਿੰਨੇ ਵੀ ਆਪਟੀਸ਼ੀਅਨ ਭਰਾ ਨੇ ਉਹਨਾਂ ਨੂੰ ਜਿਹੜੇ ਅਪਡੇਟਡ ਬ੍ਰਾਂਡਸ ਆਉਂਦੇ ਨੇ, ਅਪਡੇਟਡ ਡਿਜ਼ਾਈਨਸ ਆਉਂਦੇ ਨੇ, ਆਈ ਕੇਅਰ ਵਿਦ ਫੈਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਸਾਰੇ ਪ੍ਰੋਡਕਟ ਦੇ ਬਾਰੇ ਸਾਰੀਆਂ ਕੰਪਨੀਆਂ ਇੱਥੇ ਆਉਂਦੀਆਂ ਨੇ, ਉਹ ਚਾਹੇ ਇਟਲੀ ਤੋਂ ਹੈ, ਚਾਹੇ ਫਰਾਂਸ ਤੋਂ ਹੈ, ਚਾਹੇ ਜਪਾਨ ਤੋਂ ਹੈ, ਉਹ ਆਪਣੇ ਸਾਰੇ ਇੰਸਟਰੂਮੈਂਟ ਇੱਥੇ ਲੈ ਕੇ ਆਉਂਦੇ ਨੇ, ਜਿਹਦੇ 'ਚ ਆਈ ਚੈੱਕਅਪ ਦੇ ਇੰਸਟਰੂਮੈਂਟ ਨੇ, ਉਹਨਾਂ ਦੇ ਵਿੱਚ ਅਸੀਂ ਕਿੱਦਾਂ ਅੱਖਾਂ ਦੀ ਦੇਖਭਾਲ ਕਰਨੀ ਹੈ। ਔਰ ਇਸ ਦੇ ਨਾਲ ਨਾਲ ਜਿੱਥੇ ਇਹ ਅਸੀਂ ਫੈਸ਼ਨ ਦੇ ਨਾਲ ਨਾਲ ਅੱਖਾਂ ਦੀ ਕੇਅਰ ਦੇ ਬਾਰੇ ਸਾਰਾ ਦੱਸਦੇ ਹਾਂ, ਉੱਥੇ ਇਹਦੇ ਨਾਲ ਨਾਲ ਅਸੀਂ ਇੱਕ ਜਿਹੜੇ ਕਾਲਜਿਸ ਔਰ ਆਪਟੀਸ਼ੀਅਨ ਨੇ ਉਹਨਾਂ ਦੀ ਇੱਕ ਟ੍ਰੇਨਿੰਗ ਦਾ ਸਪੈਸ਼ਲ ਇੱਕ ਆਯੋਜਨ ਕੀਤਾ ਗਿਆ, ਜੋ ਕਿ ਫਸਟ ਫਲੋਰ ਦੇ ਉੱਪਰ ਚੱਲ ਰਿਹਾ, ਜਿਸ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਘਾਤਕ ਬਿਮਾਰੀ ਜਿਵੇਂ ਔਨਲਾਈਨ ਸਕਰੀਨ ਦੇ ਕਰਕੇ ਬੱਚਿਆਂ ਨੂੰ ਜਦੋਂ ਦਾ ਸਾਡਾ ਨੈੱਟ ਚੱਲਿਆ ਜਾਂ ਕਰੋਨਾ ਤੋਂ ਬਾਅਦ ਸਾਡਾ ਜੋ ਆਇਆ ਔਨਲਾਈਨ ਦੇ ਉੱਤੇ ਕਲਾਸਿਸ ਜਿਹੜੀਆਂ ਕਲਾਸਿਸ ਹੋਣ ਕਰਕੇ ਮਾਇਓਪੀਆ ਜਿਹੜਾ ਜਿਹਨੂੰ ਅਸੀਂ ਮਾਈਨਸ ਨੰਬਰ ਕਹਿੰਦੇ ਹਾਂ, ਬੱਚਿਆਂ ਦੇ ਵਿੱਚ ਕਾਫੀ ਮਿਕਦਾਰ ਨਾਲ ਇੱਕਦਮ ਜੰਪ ਕੀਤਾ। ਉਸ ਦੀ ਰੋਕਥਾਮ ਦੇ ਲਈ ਇੱਕ ਸਪੈਸ਼ਲ ਜੋ ਪ੍ਰੋਗਰਾਮ ਇੰਟਰਨੈਸ਼ਨਲ ਸਾਇੰਟਿਸਟ ਨੇ ਬਣਾਇਆ, ਉਸ ਦੇ ਬਾਰੇ ਬੱਚਿਆਂ ਨੂੰ ਜਾਗਰੂਕ ਕਰਨ ਵਾਸਤੇ, ਆਪਣੇ ਆਪਟੀਸ਼ੀਅਨ ਭਰਾਵਾਂ ਨੂੰ ਜਾਗਰੂਕ ਕਰਨ ਵਾਸਤੇ, ਤਾਂ ਕਿ ਉਹ ਪਬਲਿਕ ਨੂੰ ਅਵੇਅਰ ਕਰ ਸਕਣ ਕਿ ਸਾਨੂੰ ਸਕਰੀਨ ਟਾਈਮ ਕਿੱਦਾਂ ਯੂਜ਼ ਕਰਨਾ ਚਾਹੀਦਾ, ਕਿੰਨੀ ਬਲਿੰਕਿੰਗ ਚਾਹੀਦੀ ਹੈ, ਕਿੰਨੀ ਦੇਰ ਬਾਅਦ ਸਾਨੂੰ ਆਪਣੀਆਂ ਅੱਖਾਂ ਜਿਹੜੀਆਂ ਨੇ ਉਹ ਰਿਲੈਕਸ ਦੇਣਾ ਚਾਹੀਦਾ, ਉਹ ਸਾਰਾ ਇੱਥੇ ਉਹਨਾਂ ਨੂੰ ਜਾਗਰੂਕ ਕੀਤਾ ਜਾਏਗਾ। ਸਾਰਾ ਕਿੱਦਾਂ ਲੱਗਦਾ ਮਿਲ ਜਾਏਗਾ? ਬਹੁਤ ਅੱਛਾ ਰਿਸਪੋਂਸ ਹੈ, ਜਿੰਨੇ ਆਪਟੀਸ਼ੀਅਨ ਭਰਾ ਨੇ ਲਗਭਗ ਸਾਡੀ ਜੰਮੂ ਕਸ਼ਮੀਰ, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਰਿਆਣਾ ਤੋਂ ਸਾਡੇ ਲਗਭਗ 5000 ਤੋਂ ਉੱਪਰ ਜਿਹੜੇ ਆਪਟੀਸ਼ੀਅਨਸ ਨੇ ਉਹ ਵਿਜ਼ਿਟ ਕਰਨਗੇ। ਉਹਨਾਂ ਦੇ ਨਾਲ ਨਾਲ ਸਟੂਡੈਂਟਸ ਜਿਹੜੇ ਯੂਨੀਵਰਸਿਟੀ ਦੇ ਨੇ, ਜਿਹਨਾਂ ਦੇ ਜੇ ਆਪਟੋਮੈਟਰੀ ਜਿਹੜੀ ਕਿ ਖਾਸ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਆਪਟੀਸ਼ੀਅਨਸ ਨੂੰ ਚਲਾਉਣ ਵਾਸਤੇ ਟ੍ਰੇਨਿੰਗ ਪੰਜਾਬ ਸਰਕਾਰ ਵੱਲੋਂ ਔਰ ਸਾਰੇ ਵਰਲਡ ਵਾਈਜ਼ ਜਿਹੜੀ ਚੱਲਦੀ ਆਪਟੋਮੈਟਰਸ, ਉਹਨਾਂ ਨੂੰ ਟ੍ਰੇਨ ਕਰਨ ਵਾਸਤੇ ਜਿਹੜੀ ਇੱਥੇ ਸਾਰਾ ਪ੍ਰੋਗਰਾਮ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਇੱਥੇ ਉਤਸ਼ਾਹ ਨਾਲ। ਲਾਸਟ ਟਾਈਮ ਜਿਹੜਾ ਸੀ ਉਹ ਦਿੱਲੀ ਦੇ ਵਿੱਚ ਲਗਾਇਆ ਜਾਂਦਾ, ਕਿਉਂਕਿ ਇਹ ਸਾਡਾ 5 ਸਾਲ ਬਾਅਦ ਇੱਥੇ ਵੀ ਲੱਗਦਾ ਪੰਜਾਬ ਦੇ ਵਿੱਚ, ਪਰ 5 ਸਾਲ ਬਾਅਦ ਇਹਦੇ ਵਕਫੇ ਦੇ ਬਾਅਦ ਇਹ ਟ੍ਰੇਡ ਫੇਅਰ ਜਿਹੜਾ ਲੱਗ ਰਿਹਾ।